ਦੇਖੋ ਜੀ, ਇੱਥੇ ਜਿਹੜੀਆਂ ਕੱਚੀਆਂ ਮੰਡੀਆਂ ਦੀ ਮੁਸ਼ਕਲ ਆ, ਇਹ ਕਾਫੀ ਚਿਰ ਤੋਂ ਪ੍ਰੋਬਲਮ ਆ ਰਹੀ ਹੈ ਕਿਸਾਨਾਂ ਨੂੰ। ਕਿਸਾਨ ਇੱਥੇ ਜਿਨਸ ਆਪਣੀ ਲੈ ਕੇ ਆ ਰਿਹਾ, ਤੁਸੀਂ ਦੇਖ ਰਹੇ ਹੋ ਮੌਸਮ ਵੀ ਖਰਾਬ ਆ, ਅਤੇ ਜੇ ਬਾਰਿਸ਼ ਆ ਗਈ ਤਾਂ ਉਹ ਜਿਹੜਾ ਨੁਕਸਾਨ ਉਹ ਕਿਸਾਨ ਦਾ ਹੋਣਾ ਆ। ਇਹਦੇ ਬਾਰੇ ਬੜੀਆਂ ਸਰਕਾਰਾਂ ਆਈਆਂ, ਬੜੀਆਂ ਗਈਆਂ, ਪਰ ਇਹ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਰਿਹਾ ਜੀ। ਹਾਂਜੀ ਬਿਲਕੁਲ ਜੀ, ਤੁਸੀਂ ਦੇਖ ਸਕਦੇ ਹੋ ਇੱਥੇ ਮੰਡੀ ਬਿਲਕੁਲ ਥੱਲਿਓਂ ਕੱਚੀ ਆ, ਅਤੇ ਨਾ ਕੋਈ ਕਿਸਾਨਾਂ ਦੇ ਬੈਠਣ ਦਾ ਕੋਈ ਪ੍ਰਬੰਧ ਆ, ਨਾ ਕੋਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਆ, ਅਤੇ ਨਾ ਹੀ ਕੋਈ ਫਸਲ ਨੂੰ ਸਾਂਭਣ ਦਾ ਇਹਨਾਂ ਕੋਲ ਪ੍ਰਬੰਧ ਆ। ਅਸੀਂ ਇਹੀ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਹਨੂੰ ਮੰਡੀ ਆ ਜਿਹੜੀ ਸਰਨਾ ਮੰਡੀ, ਰੈਵਨਿਊ ਤਾਂ ਸਰਕਾਰ ਨੂੰ ਜਾ ਰਿਹਾ, ਇਹਨੂੰ ਜਲਦ ਤੋਂ ਜਲਦ ਪੱਕਾ ਕੀਤਾ ਜਾਵੇ। ਜਿਸ ਤਰ੍ਹਾਂ ਦੇਖਿਆ ਜੀ, ਅਫਸਰ ਵੀ ਇੱਥੇ ਕੋਈ ਨਜ਼ਰ ਨਹੀਂ ਆ ਰਿਹਾ। ਬਿਲਕੁਲ ਜੀ, ਜਦੋਂ ਖਰੀਦ ਵੀ ਲੇਟ ਹੋ ਰਹੀ ਆ, ਲਿਫਟਿੰਗ ਵੀ ਲੇਟ ਹੋ ਰਹੀ ਆ। ਜਦੋਂ ਅਸੀਂ ਆੜ੍ਹਤੀ ਤੱਕ ਪਹੁੰਚ ਕਰਦੇ ਹਾਂ, ਆੜ੍ਹਤੀ ਕਹਿੰਦਾ ਜੀ ਉਹ ਇਲੈਕਸ਼ਨ ਦੇ ਵਿੱਚ ਡਿਊਟੀ ਲੱਗ ਗਈ ਆ ਸਟਾਫ ਦੀ, ਅਤੇ ਸਟਾਫ ਦੀ ਕਮੀ ਆ, ਇੰਸਪੈਕਟਰ ਆ ਨਹੀਂ ਰਿਹਾ, ਇੰਸਪੈਕਟਰ ਆਏਗਾ ਚੈੱਕ ਕਰੇਗਾ ਅਤੇ ਫਿਰ ਤੁਹਾਡੀ ਢੇਰੀ ਭਰਾਵਾਂਗੇ। ਸਰਕਾਰ ਨੂੰ ਚਾਹੀਦਾ ਵੀ ਕਿਸਾਨਾਂ ਦੀ ਮੁਸ਼ਕਲ ਨੂੰ ਦੇਖਦੇ ਹੋਏ ਇਹਨਾਂ ਕਮ ਸੇ ਕਮ ਮੰਡੀ ਬੋਰਡ ਦੇ ਅਫਸਰਾਂ ਦੀਆਂ ਡਿਊਟੀਆਂ ਤਾਂ ਨਾ ਲਾਈਆਂ ਜਾਣ ਇਲੈਕਸ਼ਨ ਦੇ ਵਿੱਚ। ਸਰ ਇੱਦਾਂ ਕਿ ਇੱਥੇ ਦੇ ਜਿਹੜੇ ਫਾਰ ਆ ਉਹ ਵੀ ਕੱਚੇ ਆ, ਅਤੇ ਨਾ ਕੋਈ ਇੱਥੇ ਆਉਣ ਡਿਆ, ਜਿਹੜੇ ਅਫਸਰ ਆਉਂਦੇ ਉਹ ਵੀ ਕੋਈ ਨਹੀਂ ਆ ਰਿਹਾ, ਅਤੇ ਜ਼ਿਮੀਂਦਾਰ ਮੁਸ਼ਕਲਾਂ ਦੇ ਵਿੱਚ ਆ, ਅਤੇ ਸਰਕਾਰ ਆਪਣਾ ਜੋ ਵੀ ਖਰਚਾ ਲੈ ਲੈਂਦੀ ਆ ਜ਼ਿਮੀਂਦਾਰਾਂ ਕੋਲ, ਅਤੇ ਜ਼ਿਮੀਂਦਾਰਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ, ਨਾ ਹੀ ਕੋਈ ਇੱਥੇ ਵੇਖਣ ਨੂੰ ਪਾਣੀ ਪੂਣੀ ਦਾ ਵੀ ਪ੍ਰਬੰਧ ਕੋਈ ਨਹੀਂ ਗਾ। ਹਾਂਜੀ, ਕੋਈ ਹੋਰ ਕੋਈ ਕਿਸੇ ਤਰ੍ਹਾਂ ਦੀ ਸਹੂਲਤ ਦਿੱਤੀ ਜਾਂ ਸਰਕਾਰ ਨੇ ਤੁਹਾਨੂੰ ਪ੍ਰਸ਼ਾਸਨ ਵੱਲੋਂ? ਨਹੀਂ ਜੀ, ਨਹੀਂ ਕੋਈ ਸਹੂਲਤ। ਦੇਖੋ, ਜੋ ਵੀ ਗਵਰਨਮੈਂਟ ਕੀ ਹਦਾਇਤ ਹੈ, ਵਿਦਿਨ 24 ਆਵਰਸ ਬੋਲੀ ਉਸਕੀ ਕਰਵਾਤੇ ਹੈ, ਔਰ ਮੋਇਸਚਰ ਕੰਟੈਂਟ ਕੇ ਸਪੈਸੀਫਿਕੇਸ਼ਨ ਮੇਂ ਜੋ ਹੋਤਾ ਹੈ ਵੋ ਕਰਵਾਤੇ ਹੈ, ਔਰ ਹਮਾਰੇ ਪਾਸ ਜੋ ਰਿਪੋਰਟ ਹੈ ਵੋ ਵਿਦਿਨ ਸਪੈਸੀਫਿਕੇਸ਼ਨ 48 ਆਵਰਸ ਮੇਂ ਉਸਕੀ ਪਰਚੇਜ ਹੋ ਜਾਤੀ ਹੈ, 72 ਆਵਰਸ ਮੇਂ ਲਿਫਟਿੰਗ ਹੋ ਜਾਤੀ ਹੈ, ਕਿਉਂਕਿ ਯਹਾਂ ਆਮਦ ਬਹੁਤ ਜ਼ਿਆਦਾ ਨਹੀਂ ਹੈ, ਤੋ ਉਸ ਹਿਸਾਬ ਸੇ ਲਿਫਟਿੰਗ ਕਾ ਜੋ ਹੋਣਾ ਚਾਹੀਏ ਵਿਦਿਨ 72 ਆਵਰਸ ਜੋ ਸਪੈਸੀਫਿਕੇਸ਼ਨ ਹੈ ਉਸਕੇ ਹਿਸਾਬ ਸੇ ਹੋ ਰਹਾ ਹੈ, ਔਰ ਕੁਛ ਮੰਡੀਓ ਮੇਂ ਜੈਸੇ ਮੋਇਸਚਰ ਕੀ ਪ੍ਰੋਬਲਮ ਹੋਤੀ ਹੈ, ਤੋ ਹਮ ਕਿਸਾਨੋਂ ਕੋ ਅਪੀਲ ਕਰਤੇ ਹੈ ਕਿ ਵਿਦਿਨ ਸਪੈਸੀਫਿਕੇਸ਼ਨ ਵੋ ਲੈ ਕੇ ਆਏ, ਤਾਂ ਕਿ ਆਤੇ ਹੀ ਉਨਕਾ ਜੋ ਹੈ ਵਿਦਿਨ 24 ਆਵਰਸ ਬੋਲੀ ਕਰਕੇ ਔਰ ਉਨਕਾ